ਕੀ ਵੱਖਰਾ ਵੇਖ ਕੇ ਚੱਲੇ ਜੀ ਇੱਥੇ ਉਸ ਨਾਲ ਸਾਨੂੰ ਪਿਆਰ ਸਭ ਤੋਂ ਜ਼ਿਆਦਾ ਚੰਗਾ ਲੱਗਾ ਅੱਛਾ ਜੱਫੀਆਂ ਪਾਪਾ ਕੇ ਮੰਦੇ ਖਾਸ ਬੜੀ ਚੰਗੀ ਲੱਗੀ ਦੇਖੋ ਇੱਥੇ ਹਰੇਕ ਸੀ ਸ਼ਹਿ ਜਿਹੜੀ ਆਪਾਂ ਮੁੱਲ ਲੈ ਸਕਦੇ ਆ ਪਰ ਜਿਹੜੀ ਗਲਵਕੜੀ ਆ ਨਾ ਜੱਫੀ ਪਾ ਕੇ ਮਿਲਣਾ ਉਹ ਨਹੀਂ ਕਿਤੇ ਮਿਲ ਸਕਦਾ ਉਹ ਮੁੱਲ ਤੇ ਵੀ ਨਹੀਂ ਮਿਲ ਸਕਦਾ ਜੋ ਇੱਥੇ ਮਿਲਦਾ ਸਾਡੇ ਲੋਕ ਉੱਥੇ ਤੁਹਾਨੂੰ ਬੋਲੀ ਉਹ ਜੀ ਹਿੰਦੀ ਬੋਲੀ ਹੈ ਸਮਝ ਵੀ ਨਹੀਂ ਆਉਣੀ ਰੁੱਖੀ ਖੁਸ਼ਕ ਜਿਵੇਂ ਬਗਾਤੀਆਂ ਰੋੜੇ ਮਾਰਦੀ ਤੇ ਅਗਲੇ ਦੇ ਵੱਜਣ ਤੋਂ ਬਿਨਾ ਇੱਕ ਹੁੰਦਾ ਨਿਸ਼ਾਨਾ ਰੱਖ ਕੇ ਮਾਰੀਦਾ ਇੱਕ ਬਗਾਤਾ ਸੁੱਟੀ ਦਾ ਡਰਾਉਣ ਵਾਸਤੇ ਉਹਨਾਂ ਦੀ ਬੋਲੀ ਉਹ ਅਸਲਾਮ ਵਾਲੇਕੁਮ ਦੋਸਤੋ ਮੈਂ ਨਾਸਰ ਢਿੱਲੋਂ ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ ਇਸ ਵੇਲੇ ਬੈਠੇ ਅਸੀਂ ਬਾਸਜੀ ਮਸਜਿਦ ਦੇ ਬਿਲਕੁਲ ਕੋਲ ਫੂਡ ਸਟਰੀਟ ਸਾਡੇ ਪੁਰਾਣੇ ਜੀ ਆਏ ਨੇ ਚੜ੍ਹਦੇ ਪੰਜਾਬ ਤੋਂ ਅਤੇ ਮੌਸਮ ਇੰਜੋਏ ਕਰਨ ਆਇਆ ਅਤੇ ਫੂਡ ਸਟਰੀਟ ਵੇਖਣ ਆਇਆ ਇਹਨਾਂ ਨੇ ਪਿੰਡ ਪੁੰਡ ਆਪਣੇ ਵੇਖ ਲਿਆ ਅਤੇ ਹੁਣ ਫੂਡ ਸਟਰੀਟ ਵੇਖਣ ਆਇਆ ਕਿਉਂ ਜੀ ਸਰਪੰਚ ਸਾਹਿਬ ਬਿਲਕੁਲ ਜੀ ਮੈਂ ਕਿਹਾ ਇੱਥੇ ਤਾਂ ਮੌਸਮ ਵਧੀਆ ਬਹੁਤ ਵਧੀਆ ਜੀ ਇਹ ਆਪਾਂ ਗੱਲਾਂ ਬਾਤਾਂ ਮਾਰਨੀ ਐਵੇਂ ਜਿਵੇਂ ਬੈਠੇ ਖਾਣਾ ਖਾਣ ਤੋਂ ਪਹਿਲਾਂ ਮਾਰਨ ਦੇ ਇੰਟਰਵਿਊ ਨਹੀਂ ਗਏ ਠੀਕ ਆ ਇਹ ਆਪਣੀਆਂ ਗੱਲਾਂ ਬਾਤਾਂ ਨਹੀਂ ਗੱਲਾਂ ਯਾਦ ਹੀ ਗੱਲਾਂ ਰਹਿੰਦੀਆਂ ਹਾਂ ਗੱਲਾਂ ਯਾਦ ਰਹਿੰਦੀਆਂ ਮੈਂ ਕਿਹਾ ਪਿੰਡ ਪੁੰਡ ਤੇ ਲਿਆ ਵੇਖ ਹਾਂਜੀ ਤੇ ਹੁਣ ਲਾਹੌਰ ਵੀ ਤੁਹਾਨੂੰ ਵਿਖਾ ਦਈਏ ਕਿਸ ਤਰ੍ਹਾਂ ਵਧੀਆ ਚੱਲ ਰਿਹਾ ਲਾਹੌਰ ਵੇਖ ਕੇ ਤੇ ਇੱਕ ਜਿਵੇਂ ਆਤਮਾ ਨਹੀਂ ਖੁਸ਼ ਜੀ ਹੋ ਜਾਂਦੀ ਅੱਛਾ ਉਹ ਚੀਜ਼ ਕਈ ਚੀਜ਼ਾਂ ਉਹ ਚੀਜ਼ ਸੰਦ ਮਹਿਸੂਸ ਹੋ ਰਹੀ ਹੈ ਹਾਂ ਆ ਤਾਂ ਸੋਹਣਾ ਮੌਸਮ ਆ ਵਧੀਆ ਮਾਹੌਲ ਬਣਿਆ ਅਸੀਂ ਇੰਡੀਆ ਦੀਆਂ ਸਟੇਟਾਂ ਜਿੰਨੀਆਂ ਸਟੇਟਾਂ ਨੇ ਤਕਰੀਬਨ ਘੁੰਮੇ ਆ ਪਰ ਇੱਥੇ ਦਾ ਮਾਹੌਲ ਹੀ ਕੁਝ ਵੱਖਰਾ ਲੱਗਦਾ ਅੱਛਾ ਹਾਂ ਦਿਲ ਲੁੱਸ ਲੁੱਸ ਕਰਦਾ ਹਾਂ ਮੁੜ ਮੁੜ ਕੇ ਆਉਣ ਨੂੰ ਕਰਦਾ ਕੀ ਬਾਤ ਤੁਹਾਡੇ ਵਰਗੇ ਸੱਜਣ ਮਿਲਣ ਹਾਂ ਸਭ ਤੋਂ ਨਵੀਆਂ ਤੋਂ ਨਵੀਆਂ ਯਾਦਾਂ ਬਣਾਈਏ ਹਾਂਜੀ ਹਾਂਜੀ ਇਸ 'ਚ ਆਪਣਾਪਨ ਲੱਗ ਰਿਹਾ ਸਾਨੂੰ ਦੁਕਾਨਾਪਨ ਤਾਂ ਹੈ ਹੀ ਨਹੀਂ ਕੋਈ ਅਸੀਂ ਇੰਝ ਲੱਗਦਾ ਜਾਂ ਕਿ ਆਪਣੇ ਮੁਲਕ 'ਚ ਆਪਣੇ ਲੋਕਾਂ ਕੋਲ ਜਾਂ ਆਪਣੇ ਭਰਾਵਾਂ ਨਾਲ ਹਾਂ ਤੁਸੀਂ ਤੇ ਆਏ ਸੋ ਪਿਛਲੇ ਸਾਲ ਵੀ ਪਿੰਡ ਵੀ ਹਰਪਾਲ ਕੇ ਆਪਾਂ ਗਏ ਹਾਂ ਹਾਂ ਪਿੰਡ ਗਏ ਸੀ ਤੇ ਹੁਣ ਲਾਹੌਰ ਘੁੰਮਣ ਦੇ ਆ ਥੋੜਾ ਜਿਹਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਮੈਂ ਕਹਿੰਦਾ ਹਾਂ ਨਾ ਵੀ ਇਹ ਚਲੋ 2-4-5-10 ਹਜ਼ਾਰ ਬੰਦੇ ਵੇਖਣਗੇ ਨਾ ਉਹਨਾਂ ਤੱਕ ਮੈਸੇਜ ਜਾਂਦਾ ਵਾ ਗੱਲ ਜਾਂਦੀ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰ ਦਿਓ ਨਹੀਂ ਦੇਖੋ ਜ਼ਰੂਰ ਆਉਣਾ ਚਾਹੀਦਾ ਇੱਥੇ ਆਪਣਾ ਜਿਹੜਾ ਇਹ ਆਪਣਾ ਕਲਚਰ ਆਪਣਾ ਸੱਭਿਆਚਾਰ ਹੈ ਜਿਹੜਾ ਆਪਣਾ ਮੁੱਢਾ ਇੱਥੇ ਜੜਾਂ ਆਪਣੀਆਂ ਉਹ ਛੱਡਣੀਆਂ ਨਹੀਂ ਚਾਹੀਦੀਆਂ ਮੈਂ ਤਾਂ ਸਾਰਿਆਂ ਨੂੰ ਕਹਾਂਗਾ ਇੱਕ ਵਾਰ ਜ਼ਰੂਰ ਆਓ ਇੱਥੇ ਆ ਕੇ ਦੇਖ ਕੇ ਜਾਓ ਆਪਣੇ ਕਲਚਰ ਨੂੰ ਆਪਣੇ ਇਤਿਹਾਸ ਨੂੰ ਦੇਖੋ ਤੇ ਇਹ ਦੇਖੇ ਬਿਨਾ ਆਪਣਾ ਜ਼ਿੰਦਗੀ ਅਧੂਰੀ ਆ ਚੱਪੇ ਚੱਪੇ ਦਾ ਇਤਿਹਾਸ ਪਿਆ ਜੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮੇ ਨਹੀਂ ਉਹ ਕਹਾਵਤ ਵਾਕਈ ਸਹੀ ਗੱਲ ਆ ਅੱਛਾ ਹਾਂ ਉਹ ਕਿਵੇਂ ਸਹੀ ਲੱਗਦੀ ਹੈ ਹੁਣ ਲਾਹੌਰ ਦੇਖ ਲੈ ਜੰਮ ਪਿਆ ਸੀ ਪੋਪੇ ਤੋਂ ਹੀ ਜੰਮਿਆ ਕਿ ਨਹੀਂ ਜੰਮਤਾ ਜੰਮਤਾ ਅੱਛਾ ਮਾਈਕ ਫੜ ਲਓ ਨਾ ਲਾ ਕੇ ਕਰ ਲਓ ਸਿੱਧਾ ਭੱਜਣ ਲੱਗ ਗਏ ਜੰਮੇ ਤੁਸੀਂ ਹੁਣ ਹਾਂਜੀ ਜੰਮਤਾ ਹੁਣ ਫਿਰ ਸਾਲ ਗਿਰਾ ਬਰਥਡੇ ਐਸ ਕੀ ਕਰਨੀ ਕਿ ਅਗਲੀ ਵਾਰੀ ਫਿਰ ਸਾਲ ਤੇ ਅਗਲੀ ਵਾਰੀ ਪਹਿਲੀ ਬਰਥਡੇ ਬਣਦੀ ਹਾਂਜੀ ਹਾਂਜੀ ਆਂਦਾ ਹਾਂਜੀ ਹਾਂਜੀ ਮੈਂ ਕਿਹਾ ਪੋਪੀ ਵੀ ਪਿੰਡ ਵੇਖ ਆਇਆ ਵਾ ਤੇ ਅੱਜ ਦੀ ਵੈਸੇ ਤੇ ਮੈਂ ਵਾ ਇੱਥੇ ਤਾਂ ਤੁਹਾਡਾ ਮੇਜ਼ਬਾਨ ਦਾਵਤ ਤੇ ਮੇਰੇ ਵੱਲੋਂ ਲੇਕਿਨ ਪੋਪੀ ਨੇ ਦਾਵਤ ਦਿੱਤੀ ਹੈ ਪੋਪੀ ਨੇ ਦਾਵਤ ਪੋਪੀ ਨੇ ਇਸਰਾਰ ਕਰਕੇ ਦਾਵਤ ਦਿੱਤੀ ਉਹਦੀ ਵਜ੍ਹਾ ਕੀ ਹੈ ਪੋਪੀ ਪਿੰਡ ਜਾ ਕੇ ਆਇਆ ਆਪਣੇ ਹਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਇਆ ਹਾਂ ਨਾਲੇ ਸਰਪੰਚ ਸਾਹਿਬ ਪਿੰਡ ਗਏ ਨੇ ਹਾਂ ਤੇ ਇਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਆਪਣੀ ਜਗ੍ਹਾ ਵੇਖ ਕੇ ਇਹਨਾਂ ਦੇ ਪੈਰ ਹੈ ਨਾ ਉਹ ਧਰਤੀ ਤੋਂ ਉੱਪਰ ਉੱਠ ਗਏ ਲੱਗਣੀ ਡੇ ਮੈਂ ਇੱਥੇ ਲਾਣਾ ਨਾ ਆਵਾਜ਼ ਕਲੀਅਰ ਆਊਗੀ ਹਾਂ ਅਰੇ ਪੈਰ ਨਹੀਂ ਲੱਗਣ ਦੇ ਨਾ ਇਹ ਦੋਨਾਂ ਦੇ ਨਾ ਜਿਹੜੇ ਪੈਰ ਆ ਧਰਤੀ ਤੋਂ ਉੱਪਰ ਉੱਠੇ ਹੋਏ ਨੇ ਇਹ ਟਿਕਦੇ ਨਹੀਂ ਪਏ ਵਾਹ ਚਲੋ ਜੀ ਇਸ ਵਾਰੀ ਫਿਰ ਪ੍ਰਾਹੁਣੇ ਅੱਗੇ ਸਾਡੇ ਕੋਲ ਦਾਵਤ ਖਾਂਦੇ ਕਿ ਪ੍ਰਾਹੁਣੇ ਦੀ ਦਾਵਤ ਅਸੀਂ ਖਾਣਾ ਹੈ ਠੀਕ ਹੈ ਜੀ ਵਾਹ ਕੀ ਬਾਤ ਪੋਪੀ ਗਾਂਦਾ ਵੀ ਬਹੁਤ ਵਧੀਆ ਅੱਛਾ ਹਾਂ ਇਹ ਕਮਰੇ 'ਚ ਗਾਂਦਾ ਪਿਆ ਸੀ ਪਹਿਲਾਂ ਪ੍ਰੈਕਟਿਸ ਕਰਦਾ ਸੀ ਮੈਂ ਜਾ ਕੇ ਸੁਣਾਵਾਂਗਾ ਚੱਲ ਪੋਪੀ ਸਾਹਿਬ ਸੁਣਾਓ ਕੁਝ ਪੂਰੇ ਕੌਨਸ਼ੀਅਸ ਹੋ ਗਿਆ ਥੋੜਾ ਕੈਮਰਾ ਲਾ ਗਿਆ ਸੁਣਾ ਦੋ ਲਫ਼ਜ਼ ਦੋ ਲਾਈਨਾਂ ਸੁਣਾ ਦੇ ਸਰਪੰਚ ਸਾਹਿਬ ਕੀ ਗੱਲ ਆ ਨਹੀਂ ਇਹ ਸੰਗੀ ਸੰਗੀ ਜਾਂਦਾ ਸੰਗੀ ਜਾਂਦਾ ਕਿਉਂ ਸੰਗਣਾ ਨਹੀਂ ਚਾਹੀਦਾ ਜਿਹੜੇ ਅਜੇ ਤੱਕ ਬਜ਼ੁਰਗਾਂ ਦਾ ਆਪਣੇ ਲੋਕਾਂ ਦਾ ਵੀ ਵੇਖਿਆ ਉਹ ਤੁਹਾਨੂੰ ਭਾਜੀ ਹੁਣ ਢਿੱਲੋਂ ਸਾਹਿਬ ਨੇ ਸਾਰਾ ਵਿਖਾਤਾ ਹੈ चाचे ਬਸ਼ੀਰ ਦੇ ਉਹ ਪੋਤਰੇ ਲੱਗਦੇ ਸੀ ਹਾਂਜੀ ਉਹਨਾਂ ਦੇ ਨੇ ਫਿਰ ਉਹਨਾਂ ਦੱਸੀਆਂ ਸਾਰੀਆਂ ਗੱਲਾਂ ਵੀ ਉਹ ਖਤ ਖੁਤ ਵਾਲੀਆਂ ਖਤ ਬੋਲਦੇ ਸਾਰੀਆਂ ਗੱਲਾਂ ਸਾਰੀਆਂ ਦੱਸੀਆਂ ਚਲੋ ਵਧੀਆ ਵਧੀਆ ਹੋ ਗਿਆ ਬਹੁਤ ਵਧੀਆ ਬਹੁਤ ਹੁਣ ਆਪਾਂ ਇੱਕ ਵਾਰੀ ਫੇਰ ਇਕੱਠੇ ਹੋ ਗਏ ਬਹਿ ਗਏ ਹਾਂਜੀ ਹਾਂਜੀ ਫੇਰ ਪਤਾ ਨਹੀਂ ਮੇਲੇ ਹੋਣੇ ਕਿ ਨਹੀਂ ਹੋਣੇ ਨਹੀਂ ਹੋਣਗੇ ਕਿਉਂ ਨਹੀਂ ਹੋਣਗੇ ਯਾਰ
ਉਹਨੇ ਉਮੀਦ ਤੇ ਰੱਖਣੀ ਚਾਹੀਦੀ ਹੈ ਹਾਂ ਆਵਾਂਗੇ ਲੇਕਿਨ ਇਹ ਨਾ ਅਗਲੇ ਸਾਹ ਦਾ ਪਤਾ ਨਹੀਂ ਨਾ ਹਾਂ ਸਾਹ ਦਾ ਅਗਲੇ ਸਾਹ ਦਾ ਨਹੀਂ ਪਤਾ ਅਗਲੇ ਸਾਹ ਦਾ ਨਹੀਂ ਪਤਾ ਤੁਸੀਂ ਜ਼ਰੂਰ ਭਾਈ ਭਾਈ ਮੱਟੂ ਕੇ ਗਏ ਆਪਾਂ ਹਾਂਜੀ ਹਾਂ ਤੁਹਾਡਾ ਪਿੰਡ ਵੀ ਉਹ ਤੇ ਤੁਹਾਡਾ ਪਿੰਡ ਹਰਪਾਲ ਕੇ ਉਹਨਾਂ ਦਾ ਰਾਵੀ ਤੇ ਉਹਨਾਂ ਦਾ ਸਾਨ ਕੇ ਚਾਰੇ ਪਿੰਡ ਵੇਖ ਲਿਆ ਆਪਾਂ ਚੌਂ ਬੰਦਿਆਂ ਦੇ ਕਿਸ ਤਰ੍ਹਾਂ ਦਾ ਨਜ਼ਾਰਾ ਵਜਿਆ ਫਿਰ ਪਿੰਡ ਜਾ ਬਹੁਤ ਵਧੀਆ ਰਿਹਾ ਜੀ ਸਾਡਾ ਤਾਂ ਇਤਿਹਾਸਕ ਪਿੰਡ ਹੈ ਨਾਲੇ ਇਤਿਹਾਸ ਜੁੜਿਆ ਇਹਦੇ ਨਾਲ ਬਾਕੀ ਜਿਵੇਂ ਜਿਵੇਂ ਅਸੀਂ ਗੱਲਾਂ ਸੁਣਦੇ ਸੀਗੇ ਵੀ ਏਦਾਂ ਨਹੀਂ ਕੋਈ ਫਰਕ ਹੈ ਬਿਲਕੁਲ ਓਦਾਂ ਓਦਾਂ ਹੀ ਵੇਖਿਆ ਮੱਟੂ ਭਾਈ ਤੁਹਾਡੇ ਦਾ ਇਹਨਾਂ ਦਾ ਪਿੰਡ ਮੱਟੂ ਭਾਈ ਕੇ ਸੀ ਤੇ ਪੰਜਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਜਿੱਥੇ ਇਤਿਹਾਸਿਕ ਛੇਵੀਂ ਪਾਤਸ਼ਾਹੀ ਛੇਵੀਂ ਪਾਤਸ਼ਾਹੀ ਛੇਵੀਂ ਪਾਤਸ਼ਾਹੀ ਖਾਰਾ ਸਾਹਿਬ ਖਾਰਾ ਸਾਹਿਬ ਹਾਂਜੀ ਸੋ ਗੱਲਾਂ ਬਾਤਾਂ ਕਰਦੇ ਰਹੀਦਾ ਹੁੰਦਾ ਵੀ ਜਿਹੜੇ ਦੋਸਤ ਆਉਂਦੇ ਨਾ ਤੁਹਾਡੇ ਵਰਗੇ ਉੱਧਰੋਂ ਆਉਂਦੇ ਆ ਇਹਨਾਂ ਵੀਡੀਓ ਨੂੰ ਕਰਨ ਦਾ ਮਤਲਬ ਮੈਂ ਮੇਰਾ ਪਰਸਨਲ ਜਿਹੜਾ ਨਾ ਇੱਥੇ ਆ ਕੇ ਬਹਿਣ ਦਾ ਵਿਊ ਲੈਣ ਦਾ ਮਕਸਦ ਨਹੀਂ ਵਿਊ ਤਾਂ ਇੱਕ ਉਹ ਮਤਲਬ ਵੀ 5,000-10,000 ਐਡਾ ਮਾਇਨੇ ਨਹੀਂ ਰੱਖਦਾ ਲੇਕਿਨ ਇਹ ਐਕਸਪੀਰੀਅੰਸ ਜਿਹੜਾ ਵਾ ਜਦੋਂ ਲੋਕਾਂ ਤੱਕ ਪਹੁੰਚਦਾ ਨਾ ਉਹਨਾਂ ਦੀ ਸੋਚ ਨੂੰ ਬਦਲਣ 'ਚ ਜਿਹੜਾ ਕਿਰਦਾਰ ਅਦਾ ਕਰਦਾ ਨਾ ਮੇਰੇ ਲਈ ਉਹ ਬੜਾ ਵੱਡਾ ਮਾਇਨੇ ਰੱਖਦਾ ਵੀ ਲੋਕ ਆਉਣਗੇ ਇਹਨਾਂ ਵੀਡੀਓਜ਼ ਨੂੰ ਵੇਖ ਕੇ ਆਉਣਗੇ ਸਾਡੇ ਮੁਲਕ ਦਾ ਸਾਡੇ ਪੰਜਾਬ ਦਾ ਲਾਹੌਰ ਦਾ ਮੁਸਤਕਬਲ ਫਿਊਚਰ ਬਿਹਤਰ ਹੋਏਗਾ ਜਿੰਨੇ ਜ਼ਿਆਦਾ ਲੋਕ ਆਉਣਗੇ ਟੂਰਿਸਟ ਆਉਣਗੇ ਉਹਦੇ ਨਾਲ ਬਿਹਤਰੀ ਆਏਗੀ ਮੁਲਕੀ ਮੁਸ਼ਰ ਦੇ ਵਿੱਚ ਸੋ ਇਹ ਥੋੜ੍ਹਾ ਜਿਹਾ ਮੇਰਾ ਹੁੰਦਾ ਵੀ ਜ਼ਰੂਰ ਗੱਲ ਲੋਕਾਂ ਮੇਰੀ ਵੀਡੀਓ ਦੇਖ ਕੇ ਆਹ ਤਿੰਨ ਜਣੇ ਮੈਂ ਨਾਲ ਲਿਆ ਆਇਆ ਤੁਸੀਂ ਤਾਂ ਵੈਸੇ ਵੀ ਹੁਣ ਸਰਪੰਚ ਜੇ ਨਾ ਹੁਣ ਤੁਹਾਡੀ ਗੱਲ ਤਾਂ ਮੋੜੀ ਨੀ ਜਾਂਦੀ ਸਾਹਿਬ ਜਾ ਕੇ ਪਿੰਡ ਲਾਉਣ ਪੂਰੀ ਮਰਾਦੀ ਕਰਾਉਣਗੇ ਨਾ ਲਾਣ ਬਿਲਕੁਲ ਮੈਨੂੰ ਤਾਂ ਪੁੱਛਣਾ ਸਾਰਿਆਂ ਨੇ ਤੁਹਾਡੇ ਕੋਲ ਵੀਡੀਓ ਆਉਣ ਦੀ ਦੇਰ ਮੈਂ ਸਾਰਿਆਂ ਨੂੰ ਉੱਥੇ ਭੇਜਣੀ ਹੈ ਪਿੰਡਾਂ ਜਿੰਨੇ ਮੇਰੇ ਨਾਲ ਸੰਪਰਕ 'ਚ ਨੇ ਸਾਡਾ ਉੱਥੇ ਐਤਕਾ ਸੰਘਰਸ਼ ਰਿਹਾ ਸਰਪੰਚਾਂ ਦਾ ਹੁਣ ਵੀ ਚੱਲ ਰਿਹਾ ਹੈ ਵਿੱਚ ਬਲੋਕ ਦੇ 45 ਸਰਪੰਚਾਂ ਸੀ ਡੇਢ ਮਹੀਨਾ ਸਾਡਾ ਸਰਕਾਰ ਨਾਲ ਚੱਲਿਆ ਹੈ ਚੱਲ ਹੀ ਰਿਹਾ ਅਜੇ ਅਤੇ ਜਾ ਕੇ ਸਾਰੀਆਂ ਪਾਵਾਂਗਾ ਉਹਨਾਂ ਨੂੰ ਵੀ ਤੁਹਾਡਾ ਇੰਡੀਆ ਇੱਥੇ ਆਏ ਤੁਹਾਡੇ ਕੋਲ ਤੁਹਾਨੂੰ ਪਤਾ ਨਹੀਂ ਬੰਦੇ ਦੀ ਕੀਮਤ ਨਹੀਂ ਜਾਣਦੇ ਅਸੀਂ ਉਹਨਾਂ ਦੀ ਕੀਮਤ ਵੇਖੀ ਹੈ ਸਾਡੀ ਉਹਨਾਂ ਨੂੰ ਮਹਿਸੂਸ ਕੀਤੀ ਘਾਟ ਜਿਹੜੀ ਕਦੀ ਛੱਡ ਕੇ ਆਏ ਸਾਂ ਅੱਜ ਸਾਨੂੰ ਵੀ ਮਹਿਸੂਸ ਹੋਈ ਹੈ ਵੀ ਉਹ ਪੂਰੀ ਕਰੀਏ ਅਤੇ ਤੁਹਾਡੀ ਵੀ ਕਰੀਏ ਜਿਹੜੇ ਭਰਾ ਨਹੀਂ ਗਏ ਹੁਣ ਤੱਕ ਉਹਨਾਂ ਨੇ ਕੀ ਵੱਖਰਾ ਵੇਖ ਕੇ ਚੱਲੇ ਜੀ ਇੱਥੇ ਉੱਥੋਂ ਨਾਲ ਸਾਨੂੰ ਪਿਆਰ ਸਭ ਤੋਂ ਜ਼ਿਆਦਾ ਚੰਗਾ ਲੱਗਾ ਮਿਠਾਸ ਬੜੀ ਚੰਗੀ ਲੱਗੀ ਸਾਡੇ ਲੋਕ ਉੱਥੇ ਤੁਹਾਨੂੰ ਬੋਲੀ ਉਹੋ ਜਿਹੀ ਹਿੰਦੀ ਬੋਲੀ ਹੈ ਸਮਝ ਵੀ ਨਹੀਂ ਆਉਣੀ ਰੁੱਖੀ ਖੁਸ਼ਕ ਜਿਵੇਂ ਵਗਾਤੀਆਂ ਰੋੜੇ ਮਾਰਦੀ ਤੇ ਅਗਲੇ ਵੱਜਣ ਤੋਂ ਬਿਨਾਂ ਇੱਕ ਹੁੰਦਾ ਨਿਸ਼ਾਨਾ ਰੱਖ ਕੇ ਮਾਰੀਦਾ ਇੱਕ ਵਗਾਤਾ ਸੁੱਟੀ ਦਾ ਡਰਾਉਣ ਵਾਸਤੇ ਉਹਨਾਂ ਦੀ ਬੋਲੀ ਉਹ ਹੋਏ ਕੇ ਕਰਿਆ ਤੋ ਕੜਾ ਜਾਵਾ ਕੇ ਕਰੇਗਾ ਰੁੱਖੀ ਰੁੱਖੀ ਹਾਂ ਤੁਹਾਡੀ ਮਿਠਾਸ ਭਰੀ ਬੋਲੀ ਹੈ ਪੋਪੀ ਜੀ ਤੁਹਾਨੂੰ ਕੀ ਵੱਖਰਾ ਲੱਗਾ ਕੁਛ ਇੱਕ ਚੀਜ਼ ਐਸੀ ਜਿਹੜੀ ਉੱਥੋਂ ਨਾਲ ਇੱਥੋਂ ਦੀ ਹੋਰ ਤਰ੍ਹਾਂ ਦੀ ਆ ਜਾਂ ਇੱਥੇ ਮਾੜੀ ਆ ਇੱਥੇ ਉੱਥੇ ਚੰਗੀ ਆ ਉੱਥੇ ਮਾੜੀ ਇੱਥੇ ਚੰਗੀ ਆ ਬਹੁਤ ਕੁਛ ਚੰਗਾ ਜੀ ਮਤਲਬ ਇੱਕ ਚੀਜ਼ ਦੱਸੋ ਇੱਥੇ ਬਹੁਤ ਪਿਆਰ ਹੈ ਬਿਨਾਂ ਸਾਨੂੰ ਸਰ ਜਿਨ੍ਹਾਂ ਨੂੰ ਮਿਲਿਆ ਸੀ ਬਹੁਤ ਜ਼ਿਆਦਾ ਪਿਆਰ ਮਿਲਿਆ ਅਤੇ ਉੱਥੇ ਨਹੀਂ ਹੈਗਾ ਸਾਡੇ ਹੁਣ ਪਿਆਰ ਅਤੇ ਪੁਰਾਣਾ ਪੰਜਾਬ ਅੱਜ ਵੀ ਉਹੀ ਪੁਰਾਣਾ ਪੰਜਾਬ ਲੱਗਾ ਅਭੀ ਜਿਵੇਂ ਪਿੰਡਾਂ 'ਚ ਗਏ ਉਹ ਲੱਗਦਾ ਵੀ ਪੁਰਾਣਾ ਕੁਛ ਹੈਗਾ ਉਹ ਕਲਚਰ ਸਾਡਾ ਹੈ ਕਲਚਰ ਹੈਗਾ ਉਹ ਜਿਵੇਂ ਕੱਲ੍ਹ ਅਭੀ ਅਸੀਂ ਗਏ ਤੁਹਾਡੇ ਪਿੰਡ ਅਤੇ ਉਹ ਤੁਹਾਡੇ ਬਰਾਦਰੀ ਲੱਗਦੀ ਉਹ ਢਾਰੇ ਉਹਨਾਂ ਦੇ ਬੈਠੇ ਮੈਂ ਵੀਡੀਓ ਪਾਈ ਬੜੇ ਲੋਕਾਂ ਪਸੰਦ ਕੀਤੀ ਵੀ ਇੱਥੇ ਯਾਰ ਆ ਕਿੱਡਾ ਵਧੀਆ ਇਹਨਾਂ ਦਾ ਪੁਰਾਣਾ ਨਸਾ ਰੱਖਿਆ ਉਸ ਤਰ੍ਹਾਂ ਦਾ ਕਲਚਰ ਅਤੇ ਮੈਂ ਹਰਪਾਲ ਕੇ ਵਾਲਿਓ ਭਾਅ ਜੀ ਤੁਸੀਂ ਵੀ ਥੋੜ੍ਹਾ ਜਿਹਾ ਜ਼ਰੂਰ ਵੀ ਇੱਕ ਚੀਜ਼ ਕਿਹੜੀ ਚੰਗੀ ਆ ਇੱਕ ਦੀ ਆਪਾਂ ਗੱਲ ਕਰਦੇ ਉਹ ਵੀ ਇੱਥੇ ਨਾ ਅੱਗੇ ਗੱਲ ਆਉਣੀ ਸੀ ਉਹ ਮੁੰਡਾ ਨਾਲ ਆਉਂਦਾ ਵੀ ਇੱਥੇ ਜਿਵੇਂ ਮੈਨੂੰ ਪੁੱਛੇ ਨਾ ਵੀ ਚੰਗੀ ਚੀਜ਼ ਆਉਂਦਾ ਵੀ ਉਹ ਤਾਂ ਦੱਸਣ 'ਚ ਮੈਨੂੰ ਕੁਤਾਹੀ ਹੋਊ ਲੱਗਦਾ ਵੀ ਹਰ ਚੀਜ਼ ਚੰਗੀ ਹੈ ਆਉਂਦਾ ਵੀ ਇੱਕ ਚੀਜ਼ ਮਾੜੀ ਮੈਂ ਵੇਖੀ ਮੈਂ ਕਿਹਾ ਉਹ ਕੀ ਆਉਂਦਾ ਇੱਥੇ ਸਿਕਿਉਰਟੀ ਗਾਰਡਾਂ ਨੂੰ AK-47 ਫੜਾਈਆਂ ਆਉਂਦਾ ਗੱਡੀਆਂ ਬੈਕ ਕਰਾਉਂਦੇ ਤੁਹਾਡੀ ਸੇਫਟੀ ਨਹੀਂ ਦੇਖੋ ਹੈ ਨਾਸਰੀ ਮੈਂ ਕਹਾਂਗਾ ਤੁਹਾਨੂੰ ਦੇਖੋ ਇੱਥੇ ਹਰੇਕ ਸ਼ੈ ਜਿਹੜੀ ਆਪਾਂ ਮੁੱਲ ਲੈ ਸਕਦੇ ਹਾਂ ਪਰ ਜਿਹੜੀ ਗਲਵੱਕੜੀ ਹੈ ਨਾ ਜੱਫੀ ਪਾ ਕੇ ਮਿਲਣਾ ਉਹ ਨਹੀਂ ਕਿਤੇ ਮਿਲ ਸਕਦਾ ਉਹ ਮੁੱਲ ਤਿਆਂ ਵੀ ਨਹੀਂ ਮਿਲ ਸਕਦਾ ਜੋ ਇੱਥੇ ਮਿਲਦਾ ਠੀਕ ਹੈ ਨਾ ਉਹਨੂੰ ਆਪਾਂ ਕਿੱਥੇ ਭੁੱਲ ਜਾਵਾਂਗੇ ਜਿਹੜੀਆਂ ਇੱਥੇ ਜੱਫੀਆਂ ਪਈਆਂ ਜਿਹੜੇ ਅਗਲੇ ਸਾਡੇ ਬਜ਼ੁਰਗ ਸਾਡਾ ਇੱਜ਼ਤ ਮਾਣ ਕਰਦੇ ਨੇ ਇੱਥੇ ਯੰਗ ਜਨਰੇਸ਼ਨ ਸਾਨੂੰ ਮਿਲਦੀ ਆ ਕੇ ਇੱਕ ਹੋਰ ਗੱਲ ਵੀ ਆ ਵੀ ਤੁਹਾਡੇ ਉਹਨੂੰ ਲਫ਼ਜ਼ ਯੂਜ਼ ਕਰਦੇ ਨੇ ਸੰਤੁਸ਼ਟੀ ਸਾਡੇ ਉਹ ਕਹਿੰਦੇ ਆ ਵੀ ਤਸੱਲੀ ਹੁੰਦੀ ਤੁਹਾਡੇ ਦਿਮਾਗ ਦੀ ਨਾ ਕਿਸੇ ਐਸੀ ਜਗ੍ਹਾ 'ਤੇ ਜਾ ਕੇ ਰੂਹਾਨੀ ਜਗ੍ਹਾ 'ਤੇ ਜਾ ਕੇ ਜਿੱਥੇ ਤੁਹਾਡਾ ਅੰਦਰਲਾ ਜੁੜਿਆ ਹੁੰਦਾ ਵੀ ਇਹ 10 ਦਿਨ ਜਿਹੜੇ ਆਉਂਦੇ ਸੰਗਤ ਆਉਂਦੀ ਹੈ ਇੱਥੇ ਆ ਕੇ ਮੈਨੂੰ ਲੱਗਦਾ ਪਿਛਲੇ ਦੁੱਖ ਗਮ ਉਹ ਪਛਾਣਦੇ ਰਹਿ ਜਾਂਦੇ ਹੋਣੇ ਬਾਰਡਰੋਂ ਪਾਰ ਇੱਥੇ ਆ ਕੇ ਦੁਨੀਆ ਹੋਰ ਉਹ ਰੂਹਾਨੀਅਤ ਫਿਰ ਇੱਕ ਵਖਰੇਵਾਂ ਲੋਕਾਂ ਦਾ
ਉਹ ਰੂਹਾਨੀਅਤ ਕਿਸ ਤਰ੍ਹਾਂ ਤੁਸੀਂ ਬਿਆਨ ਕਰਦੇ ਜਦੋਂ ਤੁਸੀਂ ਬਾਬੇ ਦਰ ਤੇ ਹੁੰਦੇ? ਬਾਬੇ ਦਰ ਤੇ ਜਿਹੜੀ ਰੂਹਾਨੀਅਤ ਹੈ ਜਿਹੜੀ ਇੱਥੇ ਆ ਕੇ ਮਿਲਦੀ ਹੈ, ਸਕੂਨ ਮਿਲਦਾ ਆ ਕੇ, ਮਨ ਨੂੰ ਤਸੱਲੀ ਹੁੰਦੀ ਹੈ, ਉਹ ਮੈਂ ਕਹਿੰਦਾ ਇੱਥੇ ਇਸ ਤੋਂ ਇਲਾਵਾ ਕਿਤੇ ਨਹੀਂ ਹੈਗੀ। ਠੀਕ ਹੈ, ਆਪਾਂ ਬਾਬੇ ਨਾਨਕ ਦੇ ਅਰਦਾਸਾਂ ਕਰਦੇ ਹਾਂ, ਵਿਛੜੇ ਗੁਰਤਾ ਮਾਏ ਦਰਸ਼ਨ ਦਿਦਾਰੇ, ਉਹ ਅਸੀਂ ਆਪੇ ਪ੍ਰਤੱਖ ਦੇਖਦੇ ਹਾਂ ਆ ਕੇ ਦਰਸ਼ਨ, ਉੱਥੇ ਦਰਸ਼ਨ ਕਰਦੇ ਹਾਂ, ਸੀਸ ਨਵਾਉਂਦੇ ਹਾਂ, ਸਾਡਾ ਬਾਬਾ ਇੱਥੇ ਜੰਮਿਆ, ਇੱਥੇ ਗਲੀਆਂ 'ਚ ਬਾਬਾ ਸਾਡਾ ਵਿਚਰਿਆ ਰਿਹਾ ਆਪਣੇ ਸੰਗੀ ਸਾਥੀਆਂ ਨਾਲ, ਅਤੇ ਬਾਬੇ ਦੇ ਉਪਦੇਸ਼ ਆ ਜਿਹੜੇ ਉਹ ਸਾਰੀ ਲੁਕਾਈ 'ਚ ਵਰਤਦੇ ਨੇ, ਅਤੇ ਅਸੀਂ ਉਹਨਾਂ ਦੇ ਉਪਦੇਸ਼ਾਂ 'ਤੇ ਚੱਲਦੇ ਹਾਂ, ਉਹਨਾਂ ਦੇ ਓਟ ਆਸਰਾ ਲੈ ਕੇ ਚੱਲਦੇ ਹਾਂ। ਜਿਹੜਾ ਇੱਥੇ ਪਿਆਰ ਹੈ ਸਾਰਾ ਕੁਛ ਬਾਬੇ ਦੀ ਬਦੌਲਤ ਹੀ ਹੈ। ਦੁੱਖ ਤਕਲੀਫਾਂ ਪਛਾਣ ਰਹਿ ਗਈਆਂ ਇੱਥੇ, ਉਹ 10 ਦਿਨ ਭੁੱਲ ਜਾਂਦੇ ਆ ਕੇ, ਵਾਕਈ ਭੁੱਲ ਜਾਂਦੇ ਆ ਵੀ ਕਿੱਥੇ ਕੀ ਹੈ, ਦੁਕਾਨਦਾਰੀਆਂ ਵਾ, ਇਹਦਾ ਮਾਲ ਡੰਗਰ ਹੈ, ਕਿਸੇ ਦੀ ਸਰਪੰਚੀ ਆ, ਸਭ ਕੁਝ ਛੱਡ ਕੇ, ਸਭ ਕੁਝ ਛੱਡ ਕੇ, ਉਹ ਕਹਿੰਦੇ ਆ ਨਾ ਪੰਜਾਬੀ ਛਿੱਕੇ ਟੰਗ ਕੇ ਆਣਾ, ਅਸੀਂ ਉਹ ਛਿੱਕੇ ਟੰਗ ਕੇ ਆਨੇ ਉਹ ਚੀਜ਼ ਨੂੰ, ਤਾਂ ਕਿੱਥੇ ਆਨੇ ਆ। ਆਉਂਦੇ ਜਾਂਦੇ ਰਹੋ ਤੁਸੀਂ ਵੀ ਭਾਜੀ, ਜ਼ਰੂਰ ਸ਼ੇਅਰ ਕਰਦੇ ਹੋ ਕਿ ਇੱਕ ਗੱਲ ਚੰਗੀ ਤੁਹਾਡੇ ਕੋਲ ਕੀ ਮੈਂ ਜੀ ਚੰਗੀ ਮਾੜੀ ਤਾਂ ਨਹੀਂ ਚੱਲੇ ਜੇ ਇੱਥੋਂ, ਇੱਥੇ ਇੱਕ ਦੂਜੇ ਨੂੰ ਆਪਾਂ ਮਿਲਦੇ ਆ, ਬੋਲੀ ਤਾਂ ਭਾਵੇਂ ਇੱਕ ਆ ਪਰ ਫਿਰ ਜਦੋਂ ਅਸੀਂ ਇੱਥੇ ਆਏ ਆ ਅਸੀਂ ਕੁਝ ਨਵੇਂ ਸ਼ਬਦ ਸਿੱਖੇ ਆ ਜੀ, ਕੁਝ ਤੁਸੀਂ ਸਾਡੀ ਬੋਲੀ ਤੋਂ ਸਿੱਖੇ ਹੋ। ਕੀ ਸਿੱਖਿਆ ਜੀ ਨਵਾਂ? ਹੈਨੀ ਕੀ ਸਿੱਖਿਆ ਜੀ? ਨਵਾਂ ਤਾਂ ਨਹੀਂ ਕਿਹਾ, ਸਦਾ ਸੁਣੇ ਆ ਪਰ ਉਨਾ ਫ੍ਰੀਕੁਐਂਟਲੀ ਆਪਾਂ ਯੂਜ਼ ਨਹੀਂ ਕਰਦੇ, ਜਿਵੇਂ ਕਿਸੇ ਨਾਲ ਗੱਲ ਕਰਦੇ ਆ ਆਪਾਂ ਕਹਿੰਦੇ ਭਾਈ ਭਲੀ ਹੋਵੇ ਤੇ ਤੁਹਾਡੇ ਕਰੇ ਅੱਲਾ ਖੈਰ ਕਰੇ, ਅੱਲਾ ਖੈਰ ਕਰੇ, ਹਾਂ ਇਦਾਂ ਛੋਟੀ ਛੋਟੀ ਕਈ ਗੱਲਾਂ। ਠੀਕ ਹੈ, ਦੇਖੋ ਤੇ ਹਰ ਲਫ਼ਜ਼ ਹਰ ਗੱਲ 'ਚ ਅੱਲਾ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ, ਅੱਲਾ ਨੂੰ ਮੁੱਖ ਰੱਖ ਕੇ ਅੱਲਾ ਦਾ ਨਾਂ ਉੱਥੇ ਕਹਿੰਦੇ ਨੇ, ਭਾਈ ਵਾਹਿਗੁਰੂ ਭਲੀ ਕਰੇ, ਰੱਬ ਭਲੀ ਕਰੇ, ਸਾਡੇ ਚੰਗੇ ਇੱਥੇ ਕਹਿੰਦੇ ਅੱਲਾ ਖੈਰ ਕਰੇ। ਚਲੋ ਜੀ, ਬਹੁਤ ਚੰਗਾ ਲੱਗਾ ਤੁਹਾਡੇ ਸਾਰਿਆਂ ਨਾਲ, ਅੱਗੇ ਤੁਹਾਡੇ ਸਾਰਿਆਂ ਦੇ ਪਿੰਡਾਂ ਤੱਕ ਇਹਨਾਂ ਨੂੰ ਲੈ ਕੇ ਗਏ ਹਾਂ, ਕੋਸ਼ਿਸ਼ ਕੀਤੀ ਆ ਵੀ ਵੱਖੋ ਵੱਖ, ਥੋੜ੍ਹਾ ਜਿਹਾ ਮੁਸ਼ਕਿਲ ਤਾਂ ਹੁੰਦਾ ਵਾ ਵੀ ਉਹ ਜਾਣਾ ਵੀ ਵੱਖ ਵੱਖ ਰੂਟਾਂ 'ਤੇ, ਉਹ ਕੱਚੇ ਜਦੋਂ ਮੈਂ ਕੱਲ੍ਹ ਗਿਆ ਇਹਨਾਂ ਦੇ ਪਿੰਡ ਅਤੇ ਆ ਕੇ ਮੈਂ ਇਹਨਾਂ ਨੂੰ ਪਤਾ ਨਾਲ ਦੇ ਮੇਰੇ ਨੂੰ, ਮੈਂ 2 ਘੰਟੇ ਉੱਠਿਆ ਨੇ ਕਿਉਂਕਿ ਉਹ ਦਰਿਆ ਦਾ ਇਲਾਕਾ, ਵੱਜ ਵੱਜ ਕੇ ਇੱਧਰ ਵੱਜ ਉੱਧਰ ਵੱਜ, ਏਰੀਆ ਵੀ ਮੰਡ ਦਾ ਏਰੀਆ ਸੀਗਾ, ਮੰਡ ਦਾ ਏਰੀਆ, ਉੱਥੇ ਬੁਰਾ ਹਾਲ ਹੋ ਗਿਆ। ਲੇਕਿਨ ਇਹ ਵੀ ਉਹ ਸਕੂਨ ਹੁੰਦਾ ਵੀ ਨਹੀਂ, ਆਪਾਂ ਕੁਛ ਨਾ ਕੁਛ ਸੋਸ਼ਲ ਕੀਤਾ, ਕੁਛ ਲੋਕਾਂ ਲੋਕਾਈ ਵਾਸਤੇ ਕੀਤਾ, ਉਹ ਕੁਛ ਰੱਬੀ ਕੰਮ ਕੀਤਾ, ਜੋੜ ਰਹੇ ਜੋੜਨ ਦਾ ਕੰਮ ਕੀਤਾ, ਤਾਂ ਕਿਤੇ ਨਾ ਕਿਤੇ ਨਾ ਵਧੀਆ ਲੱਗਦਾ, ਅੱਛਾ ਲੱਗਦਾ। ਅਤੇ ਉਹ ਪਿੱਛੇ ਸਾਡੇ ਕੈਮਰਾਮੈਨ ਬੈਠਾ ਆਉਂਦਾ ਜਿਹਨੇ ਸਾਰੀ ਦਿਹਾੜੀ ਕੈਮਰਾ ਚਲਾਇਆ, ਉਹਦਾ ਨਾਂ ਹੀ ਕੋਈ ਨਹੀਂ, ਉਹ ਸੰਮੀ ਜੱਟ ਦਾ ਮੇਨ ਹੈ ਜੀ, ਸਾਨੂੰ ਸੰਮੀ ਸੰਮੀ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ, ਤੁਹਾਡੇ ਆਉਣ ਦਾ, ਮੁੜ ਮੁੜ ਆਓ ਤੇ ਹੋਰ ਵੀ ਨਾਲ ਯਾਰਾਂ ਬਿੱਲੀਆਂ ਬੱਚਿਆਂ ਨੂੰ ਲੈ ਕੇ ਆਓ ਆਇੰਦਾ, ਤਾਂ ਕਿ ਹੋਰ ਆਉਣ ਜਾਣ ਬਣੇ ਤੇ ਇੱਕ ਦੂਜੇ ਨੂੰ ਜਾਣਨ ਦੀ, ਜਿਵੇਂ ਅੱਲਾ ਖੈਰ ਸਿੱਖਿਆ ਵਾ, ਇੱਕ ਦੂਜੇ ਨੂੰ ਜਾਣਾਂਗੇ ਤੇ ਕਮੀਆਂ ਕੁਤਾਈਆਂ ਤੇ ਚੰਗਾਈਆਂ ਪਤਾ ਲੱਗਣਗੀਆਂ, ਇਹ ਆਪਸੀ ਸਹਿਜਾਰ ਦੀ ਵੀ ਰਿਕਾਰਡ ਕੀਪਿੰਗ ਹੈ ਜੀ ਕਿਸ ਤਰ੍ਹਾਂ। ਬਿਲਕੁਲ ਨਾ ਸਰ ਜੀ, ਇਹ ਦੇਖ ਲਓ ਤੁਹਾਨੂੰ ਫੋਟੋ ਕਾਪੀ ਕਰਾਉਣੀਆਂ ਪੈਣੀਆਂ, ਆਪਣੀਆਂ ਬੰਦੇ ਇੰਨੇ ਆਣਗੇ ਅਟੈਂਡ ਕਰ ਲੂੰਗੇ। ਨਹੀਂ ਨਹੀਂ ਕਿਉਂ ਨਹੀਂ, ਅਸੀਂ ਆਉਂਦੇ ਜੀ, ਮੈਂ ਇੱਕ ਹਾਂ ਮੇਰੇ ਨਾਲ, ਮੈਂ ਇੱਕ ਹਾਂ ਹੋਰ ਮੇਰੇ ਵਰਗੇ ਕਿੰਨੇ ਆਉਣਗੇ ਇੱਥੇ, ਵੀ ਜਦੋਂ ਪਤਾ ਹੋਏਗਾ ਵੀ ਯਾਰ ਲੋਕ ਆਉਂਦੇ ਨੇ, ਗੌਰਮੈਂਟ ਨੂੰ ਵੀ ਪਤਾ ਹੋਏਗਾ, ਸਾਡੇ ਵਰਗੇ ਲੋਕਾਂ ਨੂੰ ਪਤਾ ਹੋਏਗਾ, ਹੋਰ ਇੱਥੇ ਬਹੁਤ ਸਾਰੇ ਗਾਈਡ ਤੁਹਾਨੂੰ ਇੱਥੇ ਪੈਦਾ ਹੋਣਗੇ, ਨਵੇਂ ਸੋਰਸਿਸ ਪੈਦਾ ਹੋਣਗੇ, ਟੂਰਿਜ਼ਮ ਪ੍ਰਮੋਟ ਹੋਏਗੀ। ਉਸ ਜਦੋਂ ਤੁਸੀਂ ਬਾਰਡਰ ਟੱਪ ਹੋਣਾ ਨਾ, ਉੱਥੇ ਤੁਸੀਂ 1000 ਵੀ ਲਾਉਣਾ ਅਤੇ ਪਾਕਿਸਤਾਨ 'ਚ ਲੱਗਣਾ, ਪਾਕਿਸਤਾਨ ਦੀ ਇਕੋਨਮੀ 'ਚ ਉਹ ਐਡ ਆਨ ਹੋਣਾ। ਸੋ ਇਹਦੇ ਲਈ ਅਸੀਂ ਐਫਰਟ ਕਰਦੇ ਰਹੀਦਾ ਅਤੇ ਕਰਦੇ ਰਹਾਂਗੇ। ਸੋ ਇਸ ਤਰ੍ਹਾਂ ਦੇ ਵੀਡੀਓਜ਼ ਜਿਹੜੇ ਨੇ, ਗੱਲਬਾਤ ਜਿਹੜੀ ਦੋਸਤਿਆਂ ਨਾਲ ਸ਼ੇਅਰ ਕਰਕੇ ਹੋਰ ਜਿਹੜੇ ਪੁਰਾਣੇ ਆਉਂਦੇ ਨੇ ਤੁਹਾਡੇ ਤੱਕ ਰੱਖਾਂਗੇ ਅਗਲੇ ਪ੍ਰੋਗਰਾਮ ਤੱਕ, ਕਿਤੇ ਰੱਬ ਰੱਖ। ਵੈਸੇ ਪ੍ਰੋਗਰਾਮ ਤਾਂ ਨਹੀਂ ਸੀ ਇਹ, ਸਾਡੀ ਗੱਲਬਾਤ ਸੀ, ਚਲੋ ਫਿਰ ਵੀ ਤੁਸੀਂ ਇਹਨੂੰ ਪ੍ਰੋਗਰਾਮ ਸਮਝ ਲਿਓ। ਓਕੇ।